तेरा तेरा लाइव चैनल बिच आप सब का स्वागत है। लो जी पालमपुर का करो टूर, हाँ असी बाग या चाह पत्ती थां थां मिल जाएंगे थोनू जांदियां नू। तो उहदे बाद चो आ जाओ चलते हैं पैराग्लाइडिंग ते। पैराग्लाइडिंग दे असी नज़ारे लिए थोड़ा टाइम जाके उहदे बाद असी पैराग्लाइडिंग उत्थे कीती, जिद्दां उत्थे दे नज़ारे लए। उहदे बाद च असी गाहां चल पए, गाहां असी चल गए वैजनाथ टैंपल, जिथे कि टैंपल जिथे कहिंदे आ पंजा पांडुआं ने टैंपल तैयार किया सी। ते प्लस इत्थे लंकापति रावण ने शिवजी भगवान को अपनी तपस्या ना प्रगट भी किया। पिक्चर बहुत ज़्यादा बनाए हुए आ, अगली फुल वीडियो तुसी जरूर देखो सारा टैंपल का, पूरा टैंपल का रिव्यू, सारा टैंपल की वीडियो मैं की हुई है, वो तुसी अगली वीडियो देखा। श्री खीर गंगा घाट इत्थे शिवजी भगवान को लंकापति रावण ने खीर खिलाई सी प्रगट करके। उहदे बाद विच असी सारा देख के चले गए असी अगे टैंपल। अगला टैंपल सी बोधी टैंपल, जिद्दां बुद्ध टैंपल सी बोधी टैंपल सी। उहदे बाद चल गए इत्थे जिहड़ा टैंपल आ इह ना जदों तिब्बत ते चीन ने हमला कीता सी, जिहड़े इत्थे दे गुरु साहिबान सी उह उत्थों ना आ गए सी, उहनां ने आ के ना उत्थों ग्राही करके टैंपल तैयार कीता सीगा। उहनां लड़ाई दे बाद जदों आए सी ना उहनां ने टैंपल तैयार कीता सी। ਇਹ ਜਿਹੜਾ ਟੈਂਪਲ ਹੈ ਜਾਣੀ ਬਹੁਤ ਜ਼ਿਆਦਾ ਵਧੀਆ ਅਤੇ ਜੋ ਬਹੁਤ ਜ਼ਿਆਦਾ ਏਰੀਆ 'ਚ ਹੁਣ ਤਾਂ ਫੈਲ ਚੁੱਕਿਆ, ਬਹੁਤ ਬੜਾ ਬਣ ਚੁੱਕਿਆ। ਮਹਾਰਾਜ ਦੀ ਤਸਵੀਰ ਹੈ ਜਿਨ੍ਹਾਂ ਨੇ ਆ ਕੇ ਟੈਂਪਲ ਇਹ ਬਣਾਇਆ ਸੀ। ਇਹ ਦੇਖੋ, ਇਹ ਚਾਰੇ ਦਿਸ਼ਾਵਾਂ ਦੇ ਗੁਰੂ ਨੇ, ਉੱਤਰ ਪੂਰਵ ਪੱਛਮ ਦੱਖਣ ਦੇ ਚਾਰੇ ਗੁਰੂ ਨੇ। ਇਹ ਬਾਅਦ ਇਹ ਸਮਾਧੀ ਹੈ ਜਿਹੜੇ ਗੁਰੂ ਸੀ ਇੱਥੇ ਜਦੋਂ ਉਹਨਾਂ ਨੂੰ ਅਗਨੀ ਦਿੱਤੀ। ਉਹਦੇ ਬਾਅਦ 'ਚ ਅਸੀਂ ਚੱਲ ਗਏ ਪਾਰਕ ਵਿੱਚ, ਜੂ ਵਿੱਚ ਬੱਚਿਆਂ ਦੇ ਨਾਲ, ਬੱਚੇ ਨਾਲ ਸੀ ਸਾਡੇ, ਉਹਨੇ ਘੁੰਮਣਾ ਸੀ ਬੱਚਿਆਂ ਨੂੰ, ਅਸੀਂ ਜਾਨਵਰ ਉੱਥੇ ਦੇਖੇ ਬੱਚਿਆਂ ਦੇ ਨਾਲ ਸਾਡੇ, ਹੈ ਨਾ। ਉਹਦੇ ਬਾਅਦ ਵਿੱਚ ਜਿੱਦਾਂ ਅਸੀਂ ਅੱਗੇ ਚੱਲ ਪਏ, ਅੱਗੇ ਉੱਥੇ ਬੱਚਿਆਂ ਦੇ ਝੂਲੇ ਲੱਗੇ ਅਸੀਂ ਝੂਲਣ ਲਈ, ਬੱਚਿਆਂ ਨੇ ਝੂਲੇ ਝੂਲੇ, ਥੋੜ੍ਹਾ ਟਾਈਮ ਖੇਲੇ। ਉਹਦੇ ਬਾਅਦ 'ਚ ਅਸੀਂ ਫਿਰ ਅਸੀਂ ਉਹ ਤੋਂ ਅੱਗੇ ਟੈਂਪਲ ਆ ਗਏ। ਟੈਂਪਲ 'ਚ ਜਿੱਦਾਂ ਚਾਰੇ ਦਿਸ਼ਾਵਾਂ ਦੇ ਗੁਰੂ ਸੀ, ਉਹਨਾਂ ਦੀਆਂ ਤਸਵੀਰਾਂ ਨਾਂ ਨਾਲ ਬਣਾਈਆਂ ਹੋਈਆਂ ਨੇ ਮੂਰਤਾਂ ਚਾਰੇ ਦਿਸ਼ਾਵਾਂ ਵਿੱਚ। ਦੇਖਿਆ ਇਹ ਮੰਦਿਰ ਬਹੁਤ ਜ਼ਿਆਦਾ ਹੀ ਸੋਹਣਾ ਟੈਂਪਲ ਬਣਾਇਆ ਹੋਇਆ ਆ। ਇਹਦੀ ਪੂਰੀ ਵੀਡੀਓ ਵੀ ਤੁਸੀਂ ਦੇਖ ਲਿਓ, ਮੈਂ ਗਾਹਾਂ ਪਾਊਂਗਾ ਇਸੇ ਚੈਨਲ 'ਤੇ। ਉੱਥੇ ਮਹਾਤਮਾ ਬੁੱਧ ਜੀ ਦੀ ਮੂਰਤੀ ਬਣਾਈ ਹੋਈ ਹੈ, ਜਿਹੜੇ ਟੂਰਿਸਟ ਜਾਂਦੇ ਜ਼ਰੂਰ ਘੁੰਮ ਕੇ ਆਇਓ। ਅਤੇ ਉੱਥੇ ਜਿਹੜੇ ਸੇਵਕ ਸੀ ਉਹਨਾਂ ਨੇ ਸਾਨੂੰ ਦੱਸਿਆ ਪਿੱਛੇ ਗੁਰਦੁਆਰਾ ਆਇਆ, ਤੁਸੀਂ ਗੁਰਦੁਆਰੇ ਦੇ ਜ਼ਰੂਰ ਦਰਸ਼ਨ ਕਰਕੇ ਆਓ। ਅਸੀਂ ਗੁਰਦੁਆਰੇ ਦੇ ਦਰਸ਼ਨ ਕੀਤੇ, ਹੈ ਨਾ। ਗੁਰਦੁਆਰੇ ਦੇ ਦਰਸ਼ਨ ਕਰਨ ਦੇ ਬਾਅਦ ਉਹਦੇ ਬਾਅਦ 'ਚ ਅਸੀਂ ਚਰਚ ਦੇਖੀ, ਮਕਲੋੜਗੰਜ ਬਾਰਡਰਫਾਲ, ਬਾਕੀ ਤੁਹਾਨੂੰ ਪਤਾ ਹੀ ਆ ਉੱਥੇ ਬਹੁਤ ਕੁਛ ਦੇਖਣ ਨੂੰ ਆ ਪਾਲਮਪੁਰ ਦੇ, ਹੈ ਨਾ, ਲਾਗੇ ਲਾਗੇ। ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਕਿ ਇੱਦਾਂ ਦੀਆਂ ਵੀਡੀਓ ਤੁਹਾਨੂੰ ਹੋਰ ਦੇਖਣ ਨੂੰ ਮਿਲਦੀਆਂ ਰਹਿਣ। ਅਗਲਾ ਟੂਰ ਕਰਾਂਗੇ ਸ਼ਿਮਲਾ।